ਅਵਾਰਾ ਗਊਆਂ ਦੇ ਨਾਲ ਭਰਿਆ ਹੋਇਆ ਟਰੱਕ ਸੜਕ ਦੇ ਕਿਨਾਰੇ ਪਲਟੀ ਹੋਇਆ, ਜਿਸ ਦੇ ਕਾਰਨ ਇੱਕ ਗਊ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ, ਜਦਕਿ 16 ਦੇ ਕਰੀਬ ਪਸ਼ੂ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਜਿਵੇਂ ਹੀ ਇਸ ਦੀ ਸੂਚਨਾ ਗਊ ਸੇਵਕਾਂ ਨੂੰ ਮਿਲਦੀ ਹੈ ਤਾਂ ਉਹ ਮੌਕੇ ਦੇ ਉੱਤੇ ਪਹੁੰਚਦੇ ਨੇ। ਹਾਲਾਂਕਿ ਜਾਣਕਾਰੀ ਮੁਤਾਬਿਕ ਕਿਹਾ ਇਹ ਵੀ ਜਾ ਰਿਹਾ ਕਿ ਗਊ ਤਸਕਰਾਂ ਦੇ ਵੱਲੋਂ ਗਊਆਂ ਦੀ ਤਸਕਰੀ ਜੋ ਹੈ ਕੀਤੀ ਜਾ ਰਹੀ ਸੀ, ਪਰ ਗਊ ਸੇਵਕਾਂ ਨੂੰ ਪਹਿਲਾਂ ਤੋਂ ਹੀ ਇਸ ਦਾ ਪਤਾ ਲੱਗ ਗਿਆ ਸੀ ਤੇ ਉਹ ਉਸ ਟਰੱਕ ਦਾ ਪਿੱਛਾ ਕਰ ਰਹੀ ਸੀ। ਤੇ ਜਿਵੇਂ ਹੀ ਉਹ ਟਰੱਕ ਸ਼੍ਰੀ ਮੁਕਤਸਰ ਸਾਹਿਬ ਦੇ ਕੋਲ ਪਹੁੰਚਦਾ ਹੈ ਤਾਂ ਅਚਾਨਕ ਹੀ ਕਿਹਾ ਜਾ ਰਿਹਾ ਕਿ ਬੇਕਾਬੂ ਹੋ ਕੇ ਪਲਟੀ ਹੋ ਜਾਂਦਾ ਹੈ, ਜਿਸ ਤੋਂ ਬਾਅਦ ਕਈ ਪਸ਼ੂ ਉਸ ਟਰੱਕ ਦੇ ਨੀਚੇ ਦੱਬ ਜਾਂਦੇ ਨੇ, ਜਿਸ ਤੋਂ ਬਾਅਦ ਉਸ ਨੂੰ ਸਿੱਧਾ ਕਰਕੇ ਕਿਹਾ ਜਾ ਰਿਹਾ ਕਿ 16 ਦੇ ਕਰੀਬ ਪਸ਼ੂਆਂ ਨੂੰ ਬਚਾਇਆ ਗਿਆ, ਜਦਕਿ ਇੱਕ ਗਊ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ। ਹਾਲਾਂਕਿ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਜੋ ਟਰੱਕ ਹੈ ਉਸ ਦੇ ਵਿੱਚ ਜੋ ਪਸ਼ੂ ਨੇ ਉਹਨਾਂ ਦੇ ਪੈਰ ਬੰਨੇ ਹੋਏ ਨੇ ਤੇ ਉਹਨਾਂ ਨੂੰ ਅੰਦਰ ਠੁੱਸ ਠੁੱਸ ਕੇ ਭਰਿਆ ਹੋਇਆ। ਤਾਂ ਦੱਸ ਦਈਏ ਕਿ ਇਹ ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਗਊਆਂ ਦੀ ਤਸਕਰੀ ਕਰ ਰਹੇ ਟਰੱਕ ਨੂੰ ਕਾਬੂ ਕੀਤਾ ਗਿਆ। ਹਾਲਾਂਕਿ ਮੌਕੇ ਦੇ ਉੱਤੋਂ ਕੁਝ ਲੋਕ ਭੱਜਣ 'ਚ ਵੀ ਕਾਮਯਾਬ ਹੋਏ ਨੇ ਜੋ ਇਹ ਟਰੱਕ ਲੈ ਕੇ ਜਾ ਰਹੇ ਸੀ, ਪਰ ਦੂਜੇ ਪਾਸੇ ਜੋ ਅਵਾਰਾ ਪਸ਼ੂ ਨੇ ਉਹਨਾਂ ਨੂੰ ਜ਼ਰੂਰ ਗਊ ਸੇਵਕਾਂ ਦੇ ਵੱਲੋਂ ਬਚਾ ਲਿਆ ਗਿਆ। ਅਵਾਰਾ ਗਊਆਂ ਦੇ ਨਾਲ ਭਰਿਆ ਹੋਇਆ ਟਰੱਕ ਸੜਕ ਦੇ ਕਿਨਾਰੇ ਪਲਟੀ ਹੋਇਆ, ਜਿਸ ਦੇ ਕਾਰਨ ਇੱਕ ਗਊ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ, ਜਦਕਿ 16 ਦੇ ਕਰੀਬ ਪਸ਼ੂ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਜਿਵੇਂ ਹੀ ਇਸ ਦੀ ਸੂਚਨਾ ਗਊ ਸੇਵਕਾਂ ਨੂੰ ਮਿਲਦੀ ਹੈ ਤਾਂ ਉਹ ਮੌਕੇ ਦੇ ਉੱਤੇ ਪਹੁੰਚਦੇ ਨੇ। ਹਾਲਾਂਕਿ ਜਾਣਕਾਰੀ ਮੁਤਾਬਿਕ ਕਿਹਾ ਇਹ ਵੀ ਜਾ ਰਿਹਾ ਕਿ ਗਊ ਤਸਕਰਾਂ ਦੇ ਵੱਲੋਂ ਗਊਆਂ ਦੀ ਤਸਕਰੀ ਜੋ ਹੈ ਕੀਤੀ ਜਾ ਰਹੀ ਸੀ, ਪਰ ਗਊ ਸੇਵਕਾਂ ਨੂੰ ਪਹਿਲਾਂ ਤੋਂ ਹੀ ਇਸ ਦਾ ਪਤਾ ਲੱਗ ਗਿਆ ਸੀ ਤੇ ਉਹ ਉਸ ਟਰੱਕ ਦਾ ਪਿੱਛਾ ਕਰ ਰਹੀ ਸੀ। ਤੇ ਜਿਵੇਂ ਹੀ ਉਹ ਟਰੱਕ ਸ਼੍ਰੀ ਮੁਕਤਸਰ ਸਾਹਿਬ ਦੇ ਕੋਲ ਪਹੁੰਚਦਾ ਹੈ ਤਾਂ ਅਚਾਨਕ ਹੀ ਕਿਹਾ ਜਾ ਰਿਹਾ ਕਿ ਬੇਕਾਬੂ ਹੋ ਕੇ ਪਲਟੀ ਹੋ ਜਾਂਦਾ ਹੈ, ਜਿਸ ਤੋਂ ਬਾਅਦ ਕਈ ਪਸ਼ੂ ਉਸ ਟਰੱਕ ਦੇ ਨੀਚੇ ਦੱਬ ਜਾਂਦੇ ਨੇ, ਜਿਸ ਤੋਂ ਬਾਅਦ ਉਸ ਨੂੰ ਸਿੱਧਾ ਕਰਕੇ ਕਿਹਾ ਜਾ ਰਿਹਾ ਕਿ 16 ਦੇ ਕਰੀਬ ਪਸ਼ੂਆਂ ਨੂੰ ਬਚਾਇਆ ਗਿਆ, ਜਦਕਿ ਇੱਕ ਗਊ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ। ਹਾਲਾਂਕਿ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਜੋ ਟਰੱਕ ਹੈ ਉਸ ਦੇ ਵਿੱਚ ਜੋ ਪਸ਼ੂ ਨੇ ਉਹਨਾਂ ਦੇ ਪੈਰ ਬੰਨੇ ਹੋਏ ਨੇ ਤੇ ਉਹਨਾਂ ਨੂੰ ਅੰਦਰ ਠੁੱਸ ਠੁੱਸ ਕੇ ਭਰਿਆ ਹੋਇਆ। ਤਾਂ ਦੱਸ ਦਈਏ ਕਿ ਇਹ ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਗਊਆਂ ਦੀ ਤਸਕਰੀ ਕਰ ਰਹੇ ਟਰੱਕ ਨੂੰ ਕਾਬੂ ਕੀਤਾ ਗਿਆ। ਹਾਲਾਂਕਿ ਮੌਕੇ ਦੇ ਉੱਤੋਂ ਕੁਝ ਲੋਕ ਭੱਜਣ 'ਚ ਵੀ ਕਾਮਯਾਬ ਹੋਏ ਨੇ ਜੋ ਇਹ ਟਰੱਕ ਲੈ ਕੇ ਜਾ ਰਹੇ ਸੀ, ਪਰ ਦੂਜੇ ਪਾਸੇ ਜੋ ਅਵਾਰਾ ਪਸ਼ੂ ਨੇ ਉਹਨਾਂ ਨੂੰ ਜ਼ਰੂਰ ਗਊ ਸੇਵਕਾਂ ਦੇ ਵੱਲੋਂ ਬਚਾ ਲਿਆ ਗਿਆ। ਅਵਾਰਾ ਗਊਆਂ ਦੇ ਨਾਲ ਭਰਿਆ ਹੋਇਆ ਟਰੱਕ ਸੜਕ ਦੇ ਕਿਨਾਰੇ ਪਲਟੀ ਹੋਇਆ, ਜਿਸ ਦੇ ਕਾਰਨ ਇੱਕ ਗਊ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ, ਜਦਕਿ 16 ਦੇ ਕਰੀਬ ਪਸ਼ੂ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਜਿਵੇਂ ਹੀ ਇਸ ਦੀ ਸੂਚਨਾ ਗਊ ਸੇਵਕਾਂ ਨੂੰ ਮਿਲਦੀ ਹੈ ਤਾਂ ਉਹ ਮੌਕੇ ਦੇ ਉੱਤੇ ਪਹੁੰਚਦੇ ਨੇ। ਹਾਲਾਂਕਿ ਜਾਣਕਾਰੀ ਮੁਤਾਬਿਕ ਕਿਹਾ ਇਹ ਵੀ ਜਾ ਰਿਹਾ ਕਿ ਗਊ ਤਸਕਰਾਂ ਦੇ ਵੱਲੋਂ ਗਊਆਂ ਦੀ ਤਸਕਰੀ ਜੋ ਹੈ ਕੀਤੀ ਜਾ ਰਹੀ ਸੀ, ਪਰ ਗਊ ਸੇਵਕਾਂ ਨੂੰ ਪਹਿਲਾਂ ਤੋਂ ਹੀ ਇਸ ਦਾ ਪਤਾ ਲੱਗ ਗਿਆ ਸੀ ਤੇ ਉਹ ਉਸ ਟਰੱਕ ਦਾ ਪਿੱਛਾ ਕਰ ਰਹੀ ਸੀ। ਤੇ ਜਿਵੇਂ ਹੀ ਉਹ ਟਰੱਕ ਸ਼੍ਰੀ ਮੁਕਤਸਰ ਸਾਹਿਬ ਦੇ ਕੋਲ ਪਹੁੰਚਦਾ ਹੈ ਤਾਂ ਅਚਾਨਕ ਹੀ ਕਿਹਾ ਜਾ ਰਿਹਾ ਕਿ ਬੇਕਾਬੂ ਹੋ ਕੇ ਪਲਟੀ ਹੋ ਜਾਂਦਾ ਹੈ, ਜਿਸ ਤੋਂ ਬਾਅਦ ਕਈ ਪਸ਼ੂ ਉਸ ਟਰੱਕ ਦੇ ਨੀਚੇ ਦੱਬ ਜਾਂਦੇ ਨੇ, ਜਿਸ ਤੋਂ ਬਾਅਦ ਉਸ ਨੂੰ ਸਿੱਧਾ ਕਰਕੇ ਕਿਹਾ ਜਾ ਰਿਹਾ ਕਿ 16 ਦੇ ਕਰੀਬ ਪਸ਼ੂਆਂ ਨੂੰ ਬਚਾਇਆ ਗਿਆ, ਜਦਕਿ ਇੱਕ ਗਊ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ। ਹਾਲਾਂਕਿ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਜੋ ਟਰੱਕ ਹੈ ਉਸ ਦੇ ਵਿੱਚ ਜੋ ਪਸ਼ੂ ਨੇ ਉਹਨਾਂ ਦੇ ਪੈਰ ਬੰਨੇ ਹੋਏ ਨੇ ਤੇ ਉਹਨਾਂ ਨੂੰ ਅੰਦਰ ਠੁੱਸ ਠੁੱਸ ਕੇ ਭਰਿਆ ਹੋਇਆ ਹੈ। ਤਾਂ ਦੱਸ ਦਈਏ ਕਿ ਇਹ ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਗਊਆਂ ਦੀ ਤਸਕਰੀ ਕਰ ਰਹੇ ਟਰੱਕ ਨੂੰ ਕਾਬੂ ਕੀਤਾ ਗਿਆ। ਹਾਲਾਂਕਿ ਮੌਕੇ ਦੇ ਉੱਤੋਂ ਕੁਝ ਲੋਕ ਭੱਜਣ 'ਚ ਵੀ ਕਾਮਯਾਬ ਹੋਏ ਨੇ ਜੋ ਇਹ ਟਰੱਕ ਲੈ ਕੇ ਜਾ ਰਹੇ ਸੀ,
ਪਰ ਦੂਜੇ ਪਾਸੇ ਜੋ ਅਵਾਰਾ ਪਸ਼ੂ ਨੇ ਉਹਨਾਂ ਨੂੰ ਜ਼ਰੂਰ ਗਊ ਸੇਵਕਾਂ ਦੇ ਵੱਲੋਂ ਬਚਾ ਲਿਆ ਗਿਆ।